ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੇਏ ਅਬਾਸ ਨੇ ਇੱਕ ਕਹਾਣੀ ਲਿਖੀ ਹੈ ਜਿਹਦਾ ਨਾਮ ਹੈ ਭੋਲੀ ਹਿੰਦੀ ਦੇ ਵਿੱਚ ਉਹਨੂੰ ਭੋਲੀ ਵੀ ਕਹਿ ਦਿੰਦੇ ਆਪਾਂ ਤੇ ਸਾਨੂੰ ਪਤਾ ਕਿ ਭੋਲੀ ਜਾਂ ਭੋਲਾ ਇਨਸਾਨ ਉਹ ਹੁੰਦਾ ਜੋ ਕਿ ਬਹੁਤ ਹੀ ਸਿੱਧਾ ਜਾਂ ਇਨਸਾਨ ਹੁੰਦਾ ਤਾਂ ਇਸ ਕਹਾਣੀ ਦੇ ਵਿੱਚ ਵੀ ਤੁਹਾਨੂੰ ਇੱਕ ਅਜਿਹੀ ਹੀ ਬੱਚੇ ਦੀ ਸਟੋਰੀ ਦੇਖਣ ਨੂੰ ਮਿਲੇਗੀ ਪੜਨ ਨੂੰ ਮਿਲੇਗੀ ਜੋ ਜਿਸਦਾ ਨਾਮ ਪੋਲੀ ਰੱਖਿਆ ਗਿਆ ਤੇ ਉਹ ਹੈ ਵੀ ਬਿਲਕੁਲ ਪੋਲੀ ਪਰ ਹਰ ਪੋਲਾ ਇਨਸਾਨ ਜਿਹੜਾ ਹੈ ਉਹ ਸਿਰਫ ਦੁੱਖ ਤਕਲੀਫ ਚੱਲਣ ਵਾਸਤੇ ਨਹੀਂ ਆਇਆ ਹੁੰਦਾ ਲੋਕਾਂ ਦੀਆਂ ਗੱਲਾਂ ਸੁਣਨ ਵਾਸਤੇ ਨਹੀਂ ਆਇਆ ਉਹਦੇ ਵਿੱਚ ਵੀ ਪਰਮਾਤਮਾ ਨੇ ਸਾਂਭਾ ਕੇ ਭੇਜਨੇ ਪਰਮਾਤਮਾ ਨੇ ਉਹਨੂੰ ਵੀ ਕੋਈ ਨਾ ਕੋਈ ਕੁਆਲਿਟੀ ਦੇ ਕੇ ਭੇਜੀ ਹੈਗੀ ਸੋ ਹਰ ਇੱਕ ਇਨਸਾਨ ਆਪਣੇ ਆਪ ਦੇ ਵਿੱਚ ਖਾਸ ਹੁੰਦਾ ਤਾਂ ਇਹ ਪੋਲੀ ਜਿਹਨੂੰ ਕਿ ਲੋਕ ਇੱਕ ਗੁੰਗੀ ਗਾਂਬੂ ਹੀ ਬੋਲਦੇ ਨੇਗੇ ਤੇ ਇਸ ਨੂੰ ਬੋਲਦੇ ਨੇ ਕਿ ਇਹਨੂੰ ਤਾਂ ਕੁਝ ਵੀ ਨਹੀਂ ਪਤਾ ਹੈਗਾ ਇਸ ਤਰੀਜੀ ਹੈਗੀ ਕਿ ਉਹ ਵਾਕਈ ਹੀ ਉਹਦੇ ਵਿੱਚ ਕੋਈ ਗੁਨ ਹੈ ਜਾਂ ਕੀ ਉਹ ਬਸ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਹੀ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ ਆਓ ਆਪਾਂ ਸਟਾਰਟ ਕਰਦੇ ਹਾਂ ਇਸ ਸਟੋਰੀ ਨੂੰ ਕੇਏ ਅਬਾਸ ਜੋ ਕਿ ਇਸ ਸਟੋਰੀ ਦਾ ਆਥਰ ਹੈ ਲਿਖੇਤਾ ਹੈ ਉਹਨੂੰ ਕੇਏ ਅਬਾਸ ਕਿਹਾ ਜਾਂਦਾ ਹੈਗਾ ਖਵਾਜ਼ਾ ਅਹਿਮਦ ਅਬਾਸ ਪੂਰਾ ਨਾਮ ਹੈ ਇੰਡੀਅਨ ਫਿਲਮ ਡਾਇਰੈਕਟਰ ਨੋਵੇਲਿਸ ਸਕ੍ਰੀਨ ਰਾਈਟਰ ਤੇ ਜਰਨਲਿਸਟ ਹੈ ਹਿੰਦੀ ਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੈਗਾ ਉਰਦੂ ਤੇ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੈਗਾ ਕਈ ਤਰ੍ਹਾਂ ਦੀਆਂ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਫਿਲਮਾਂ ਲਿਖੀਆਂ ਨੇਗੀਆਂ ਬਣਾਈਆਂ ਵੀ ਨੇਗੀਆਂ ਤੇ ਉਹਨਾਂ ਨੂੰ ਨੈਸ਼ਨਲ ਫਿਲਮ ਅਵਾਰਡ ਵੀ ਮਿਲ ਚੁੱਕਿਆ ਹੈਗਾ ਪੋਲੀ ਕੋਨਾ ਪੋਲੀ ਇੱਕ ਅਜਿਹੀ ਬੱਚੀ ਹੈ ਜਿਸ ਨੂੰ ਕਿ ਡਿਸਕਾਰਡ ਕਰ ਦਿੱਤਾ ਗਿਆ ਹੈਗਾ ਸਮਾਜ ਵੱਲੋਂ ਐਂ ਲੱਗਦਾ ਜਿਵੇਂ ਕਿ ਉਸ ਨੂੰ ਤਾਂ ਇਗਨੋਰ ਕੀਤਾ ਜਾਂਦਾ ਹੈਗਾ ਜਿਵੇਂ ਉਹ ਐਗਜ਼ਿਸਟ ਹੀ ਨਹੀਂ ਕਰਦੀ ਉਹ ਦੁਨੀਆਂ ਦੇ ਉੱਪਰ ਹੈ ਹੀ ਨਹੀਂ ਨਾ ਉਹਦੀ ਕੋਈ ਪ੍ਰਵਾਹ ਹੁੰਦੀ ਹੈ ਪਤਾ ਕੀ ਹੈਗਾ ਕਿ ਪੋਲੀ ਜਦੋਂ ਬੋਲਦੀ ਹੈ ਤਤਲਾਉਂਦੀ ਹੈਗੀ ਉਹ ਸਟੈਮਰ ਕਰਦੀ ਹੈਗੀ ਹੱਕ ਪੈਂਦਾ ਹੈਗਾ ਜਦੋਂ ਬੋਲਦੀ ਹੈਗੀ ਤਾਂ ਹੀ ਉਸ ਨੂੰ ਕੋਈ ਪਸੰਦ ਨਹੀਂ ਕਰਦਾ ਤੇ ਹਰ ਕੋਈ ਉਸ ਤੋਂ ਦੂਰ ਰਹਿੰਦਾ ਹੈਗਾ ਜਿਹਦੇ ਕਰਕੇ ਹੁਣ ਭੋਲੀ ਦੇ ਮਨ ਦੇ ਵਿੱਚ ਇਨਫੀਰੀਅਰਟੀ ਕੰਪਲੈਕਸ ਆ ਚੁੱਕਿਆ ਕਿ ਮੈਂ ਤਾਂ ਸਭ ਤੋਂ ਮਾੜੀ ਹੈਗੀ ਕਿਸ ਤਰ੍ਹਾਂ ਉਹਦੀ ਜੋ ਟੀਚਰ ਹੈ ਸਕੂਲ ਟੀਚਰ ਉਸ ਨੂੰ ਗਾਈਡ ਕਰਦੀ ਹੈਗੀ ਉਸ ਨੂੰ ਐਜੂਕੇਸ਼ਨ ਦਿੰਦੀ ਹੈ ਤੇ ਐਜੂਕੇਸ਼ਨ ਦੇ ਨਾਲ ਕਿਵੇਂ ਹਿੰਮਤ ਆਉਂਦੀ ਹੈਗੀ ਕਿਵੇਂ ਉਹ ਆਪਣੀ ਵੀਕਨੈਸ ਜਿਹੜੀ ਉਹਦੀ ਕਮਜ਼ੋਰੀ ਹੈ ਉਸ ਨੂੰ ਲੱਗਦੀ ਹੈ ਉਸ ਦੇ ਖਿਲਾਫ ਖੜੀ ਹੁੰਦੀ ਹੈਗੀ ਕਿਵੇਂ ਉਹ ਲਾਸਟ ਵਿੱਚ ਇੱਕ ਜਾਣੇ ਮਾਣੇ ਤੇ ਇੱਕ ਅਮੀਰ ਸੇੜ ਦੇ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੰਦੀ ਹੈਗੀ ਇਹ ਸਾਰਾ ਕੁਝ ਆਪਾਂ ਹੁਣ ਡਿਟੇਲ ਦੇ ਵਿੱਚ ਇਸ ਸਟੋਰੀ ਦੇ ਵਿੱਚ ਪੜਾਂਗੇ ਤਾਂ ਆਓ ਆਪਾਂ ਸਟਾਰਟ ਕਰਦੇ ਹਾਂ ਪੂਰੀ ਡਿਟੇਲ ਦੇ ਵਿੱਚ ਸਟੋਰੀ ਨੂੰ ਸਟੱਡੀ ਕਰਦੇ ਹਾਂ ਕਹਾਣੀ ਜਦੋਂ ਸ਼ੁਰੂਆਤ ਹੁੰਦੀ ਹੈ ਸਾਨੂੰ ਕਹਾਣੀ ਚ ਦੱਸਿਆ ਹੋਇਆ ਇੱਕ ਸੁਲੇਖਾ ਨਾਂ ਦੀ ਇੱਕ ਬਹੁਤ ਹੀ ਪਿਆਰੀ ਬੱਚੀ ਹੈ ਜਿਹੜੀ ਕਿ ਜਦੋਂ ਜਨਮ ਹੋਦਾ ਹੋਇਆ ਸੀਗਾ ਬਹੁਤ ਸੋਹਣੀ ਸੀਗੀ ਪਰ ਕੁਝ ਟਾਈਮ ਤੇ ਬਾਅਦ ਕੀ ਹੋਇਆ ਜਦੋਂ ਉਹ ਬਿਮਾਰ ਹੋਈ ਤਾਂ ਉਹਦੇ ਨਾਲ ਉਹਦਾ ਦਿਮਾਗ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਬਿਮਾਰ ਹੋਣ ਤੋਂ ਇਲਾਵਾ ਮੇਨਲੀ ਹੋਇਆ ਕੀ ਸੀਗਾ ਕਿ ਅਜੇ ਉਹ 10 ਮਹੀਨਾ ਦੀ ਸੀ ਜਦੋਂ ਉਹ ਆਪਣੇ ਮੰਝੇ ਤੇ ਪਈ ਪਈ ਡਿੱਗ ਗਈ ਜਿਦੇ ਕਰਕੇ ਦਿਮਾਗ ਦੇ ਉੱਪਰ ਅਸਰ ਪਿਆ ਤੇ ਦਿਮਾਗ ਦੇ ਉੱਪਰ ਅਸਰ ਪੈਣ ਕਰਕੇ ਉਹ ਤੁਤਲਾਉਣ ਲੱਗੀ ਉਹ ਹੱਕ ਪਾ ਕੇ ਬੋਲਣ ਲੱਗੀ ਤੇ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਹੀ ਕੀ ਹੋਇਆ ਉਹਦੇ ਉੱਪਰ ਚਿਕਨ ਪੌਕਸ ਜਿਵੇਂ ਆਪਾਂ ਕਹਿੰਨੇ ਕਾਲੀ ਮਾਤਾ ਨਿਕਲਿਆ ਜਿਦੇ ਕਰਕੇ ਉਹਦੇ ਚਿਹਰੇ ਦੇ ਉੱਪਰ ਕਾਫੀ ਸਾਰੇ ਦਾਗ ਪੈ ਗਏ ਹੁਣ ਉਹ ਬੱਚੀ ਜਿਹੜੀ ਕਿ ਬਹੁਤ ਹੀ ਸੋਹਣੀ ਸੀਗੀ ਸਭ ਤੋਂ ਜ਼ਿਆਦਾ ਸਾਫ਼ ਰੰਗ ਸੀਗਾ ਉਹਦਾ ਹੁਣ ਉਹ ਦਿਖਣ ਦੇ ਵਿੱਚ ਸੋਹਣੀ ਨਾ ਰਹੀ ਉਹਦੇ ਚਿਹਰੇ ਦੇ ਉੱਪਰ ਜਿਹੜੇ ਦਾਗ ਸੀਗੇ ਉਦੇ ਕਰਕੇ ਤੇ ਜਿਹੜੀ ਉਹ ਜਦੋਂ ਬੋਲਦੀ ਸੀਗੀ ਹੱਕ ਪਾਉਂਦੀ ਸੀਗੀ ਤਤਲਾਉਂਦੀ ਸੀਗੀ ਤਾਂ ਇਹਦੀ ਅਵਾਇਸ ਸੁਣ ਕੇ ਜਿਹੜੇ ਬਾਕੀ ਸੀਗੇ ਬੱਚੇ ਗਵਾਨ ਦੇ ਵਿੱਚ ਜਾਂ ਜਿਹੜੇ ਉਹਦੇ ਨਾਲ ਉਹਦੇ ਹਮ ਉਮਰ ਸੀ ਜਾਂ ਵੱਡੇ ਸੀ ਜਾਂ ਛੋਟੇ ਸੀਗੇ ਉਹ ਹਸਪੰਦੇ ਸੀਗੇ ਜਿਹਦੇ ਕਰਕੇ ਇਹ ਸੁਲੇਖਾ ਬਿਲਕੁਲ ਹੀ ਆਪਣੇ ਆਪ ਨੂੰ ਮਾੜਾ ਸਮਝਣ ਲੱਗੀ ਤੇ ਸਮਾਜ ਤੋਂ ਦੂਰ ਰਹਿਣ ਲੱਗੀ ਘਟੀਪਿਟੀ ਰਹਿਣ ਲੱਗੀ ਕਿਉਂਕਿ ਉਸਨੂੰ ਹੁਣ ਰਿਟਾਰਡਡ ਮੰਨਿਆ ਜਾਂਦਾ ਸੀਗਾ ਕਿ ਇਹ ਕੁਦਰਤੀ ਤੌਰ ਦੇ ਉੱਪਰ ਤੇ ਸਰੀਰਕ ਤੌਰ ਦੇ ਉੱਪਰ ਅਪੰਗ ਹੈ ਕਿਉਂਕਿ ਇਹ ਬੋਲ ਨਹੀਂ ਪਾਉਂਦੀ ਚੰਗੀ ਤਰ੍ਹਾਂ ਹੁਣ ਇਹਦਾ ਨਾਮ ਸੁਲੇਖਾ ਤੋਂ ਭੋਲੀ ਕਿਉਂ ਪੈ ਗਿਆ ਕਿਉਂਕਿ ਇਹ ਨਾ ਕਿਸੇ ਨਾਲ ਬੋਲਦੀ ਸੀਗੀ ਕਿਉਂਕਿ ਜੇ ਬੋਲਦੀ ਸੀ ਤਾਂ ਬੋਲਿਆ ਜਾਂਦਾ ਨਹੀਂ ਸੀਗਾ ਤੇ ਫਿਰ ਸਾਹਮਣੇ ਬੰਦੇ ਇਹਦੇ ਉੱਪਰ ਕੀ ਹੁੰਦੇ ਸੀਗੇ ਗੁੱਸਾ ਕਰਦੇ ਸੀ ਭੋਲੀ ਇਹਦਾ ਨਾਮ ਸਿਰਫ ਇਸੇ ਗੱਲ ਕਰਕੇ ਹੀ ਪਿਆ ਕਿਉਂਕਿ ਇਹ ਬਿਲਕੁਲ ਭੋਲੀ ਸੀਗੀ ਇਹ ਨਾ ਕਿਸੇ ਨੂੰ ਕੁਝ ਬੋਲਣਾ ਨਾ ਕਿਸੇ ਤੋਂ ਕੁਝ ਸੁਣਨਾ ਬਸ ਆਪਣੇ ਆਪ ਦੇ ਵਿੱਚ ਹੀ ਮਗਨ ਰਹਿਣਾ ਹੁਣ ਜੇ ਗੱਲ ਕਰੀਏ ਸੁਲੇਖਾ ਜਾਂ ਭੋਲੀ ਦੇ ਪੇਰੈਂਟਸ ਦੀ ਤਾਂ ਇਹ ਸੱਤ ਭੈਣ ਭਰਾ ਸੀਗੇ ਫਾਦਰ ਦਾ ਨਾਮ ਰਾਮ ਲਾਲ ਤੇ ਰਾਮ ਲਾਲ ਦੇ ਜਿਹੜੇ 7 ਬੱਚੇ ਨੇ ਉਹਨਾਂ ਵਿੱਚੋਂ 4 ਧੀਆਂ ਤੇ 3 ਉਹਦੇ ਵਿੱਚੋਂ ਬੇਟੇ ਸੀਗੇ ਤਿੰਨਾਂ ਬੇਟਿਆਂ ਨੂੰ ਸਕੂਲ ਦੇ ਵਿੱਚ ਸਕੂਲ ਤੋਂ ਬਾਅਦ ਕਾਲਜ ਦੇ ਵਿੱਚ ਪੜ੍ਹਾਈ ਕਰਨ ਲਈ ਭੇਜਿਆ ਗਿਆ ਸੀ ਪਰ ਜਿਹੜੇ ਸਮੇਂ ਦੇ ਵਿੱਚ ਸਟੋਰੀ ਲਿਖੀ ਗਈ ਆ ਉਦੋਂ ਬੱਚੇ ਨੂੰ ਪੜ੍ਹਾਉਣਾ ਕੁੜੀਆਂ ਨੂੰ ਪੜ੍ਹਾਉਣਾ ਖਾਸ ਤੌਰ ਤੇ ਪਾਪ ਮੰਨਿਆ ਜਾਂਦਾ ਸੀ ਲੱਗਦਾ ਸੀ ਵੀ ਜੇ ਕੁੜੀਆਂ ਨੂੰ ਪੜਾਇਆ ਗਿਆ ਤਾਂ ਇਹਨਾਂ ਦਾ ਵਿਆਹ ਨਹੀਂ ਹੋਣਾਗਾ ਤੇ ਭੋਲੀ ਇਨਾ ਸਾਰੇ ਬੱਚਿਆਂ ਦੇ ਵਿੱਚੋਂ ਸਭ ਤੋਂ ਛੋਟੀ ਸੀਗੀ ਹੁਣ ਭੋਲੀ ਤੋਂ ਇਲਾਵਾ ਜਿਹੜੇ ਪਾਕੀ ਸਾਰੇ ਬੱਚੇ ਸੀਗੇ ਉਹ ਹੈਲਦੀ ਵੀ ਸੀਗੇ ਸੋਹਣੇ ਵੀ ਹੈਗੇ ਸੀਗੇ ਇਸੇ ਕਰਕੇ ਉਹਨਾਂ ਦੇ ਵਿਆਹ ਦੇ ਵਿੱਚ ਕੋਈ ਅੜਚਨ ਨਹੀਂ ਆ ਸਕਦੀ ਸੀ ਇਸ ਤੋਂ ਇਲਾਵਾ ਰਾਮ ਲਾਲਿਕ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ ਸੀ ਇੱਕ ਅਫਸਰ ਸੀਗਾ ਪੈਸੇ ਨਾਲ ਇਹਦਾ ਲੈਣਾ ਦੇਣਾ ਸੀਗਾ ਘਰੇ ਤਾਂ ਹੀ ਉਹ ਖਾਣਾ ਪੀਣਾ ਬਹੁਤ ਸੀਗਾ ਪੈਸਾ ਟੱਕਾ ਵੀ ਬਹੁਤ ਸੀਗਾ ਅਗਰ ਬੱਚਾ ਦੀ ਗੱਲ ਕਰੇ ਬੱਚਿਆਂ ਵਿੱਚੋਂ ਸਭ ਤੋਂ ਜਿਹੜੀ ਵੱਡੀ ਹੈ ਉਹਦਾ ਨਾਮ ਰਾਧਾ ਹੈ ਉਹਦਾ ਵਿਆਹ ਹੋ ਚੁੱਕਿਆ ਹੈਗਾ ਦੂਸਰੀ ਬੇਟੀ ਮੰਗਲਾ ਉਹ ਮੰਗੀ ਜਾ ਚੁੱਕੀ ਹੈ ਕਿ ਉਹਦਾ ਵਿਆਹ ਹੋਣ ਵਾਲਾ ਹੀ ਹੈਗਾ ਰਿਸ਼ਤਾ ਹੋ ਚੁੱਕਿਆ ਹੈਗਾ ਤੇ ਜਦੋਂ ਹੀ ਇਸਦਾ ਵਿਆਹ ਹੋਣਾ ਤਾਂ ਉਸ ਤੋਂ ਬਾਅਦ ਵਾਰੀ ਚੰਪਾ ਦੀ ਹੋਣੀ ਸੀ ਪਰ ਭੋਲੀ ਜਿਹੜੀ ਕਿ ਚਾਹੇ ਵੱਡੀ ਹੋ ਰਹੀ ਸੀਗੀ ਪਰ ਉਹਦੇ ਪੇਰੈਂਟਸ ਨੂੰ ਬਹੁਤ ਜ਼ਿਆਦਾ ਚਿੰਤਾ ਸੀ ਕਿ ਇਹਦਾ ਕੀ ਬਣੂਗਾ ਅੱਗੇ ਜਾ ਕੇ ਇਤਨਾ ਵਿਆਹ ਕੌਣ ਕਰਵਾਊਗਾ ਇਹਦਾ ਵਿਆਹ ਕਿਵੇਂ ਹੋਏਗਾ ਇੱਕ ਦਿਨ ਕੀ ਹੋਇਆ ਤਾਂ ਸਿਲਦਾਰ ਪਿੰਡ ਦੇ ਵਿੱਚ ਆਉਂਦਾ ਹੈਗਾ ਉਹਨਾਂ ਨੇ ਸਕੂਲ ਦੇ ਵਿੱਚ ਇੱਕ ਨਵੇਂ ਬਣ ਰਹੇ ਸਕੂਲ ਦਾ ਉਦਘਾਟਨ ਕਰਨਾ ਸੀਗਾ ਪ੍ਰਾਇਮਰੀ ਸਕੂਲ ਦਾ ਉਦਘਾਟਨ ਕਰਨਾ ਜਿਹੜਾ ਕਿ ਸਿਰਫ ਔਰ ਸਿਰਫ ਕੁੜੀਆਂ ਵਾਸਤੇ ਹੀ ਸੀਗਾ ਬੱਚਿਆਂ ਵਾਸਤੇ ਬੱਚੀਆਂ ਵਾਸਤੇ ਸੀਗਾ ਤਾਂ ਰਾਮ ਲਾਲ ਜਿਹੜਾ ਕਿ ਉਸ ਪਿੰਡ ਦਾ ਇੱਕ ਅਹੁਦੇਦਾਰ ਸੀਗਾ ਤਹਿਸੀਲਦਾਰ ਨੇ ਡਿਊਟੀ ਲਾਈ ਰਾਮ ਲਾਲ ਨੂੰ ਕਿ ਤੂੰ ਵੀ ਇੱਕ ਉਦਾਹਰਨ ਸੈੱਟ ਕਰ ਸਾਰਿਆਂ ਵਾਸਤੇ ਤੇ ਆਪਣੀਆਂ ਬੱਚੀਆਂ ਨੂੰ ਤੂੰ ਸਕੂਲ ਦੇ ਵਿੱਚ ਪੜਨ ਵਾਸਤੇ ਭੇਜ ਜਦੋਂ ਰਾਮ ਲਾਲ ਨੇ ਡਰਦ ਦੇ ਆਪਣੇ ਘਰ ਵਾਲੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹਦੀ ਘਰ ਵਾਲੀ ਨੇ ਹੀ ਕਿਹਾ ਕਿ ਜੇ ਆਪਾਂ ਕੁੜੀਆਂ ਨੂੰ ਭਰਾਵਾਵਾਂਗੇ ਤਾਂ ਇਹਨਾਂ ਦੇ ਨਾਲ ਵਿਆਹ ਕੌਣ ਕਰੂਗਾ ਤਾਂ ਮਜਬੂਰੀ ਦੱਸੀ ਰਾਮ ਲਾਲ ਨੇ ਕਿ ਤਹਿਸੀਲਦਾਰ ਕਹਿ ਕੇ ਗਿਆਗਾ ਉਹਦੀ ਆਪਾਂ ਅਗਿਆ ਦਾ ਪਾਲਣ ਕਰਨਾਗਾ ਉਹਦੀ ਅਗਿਆ ਨਹੀਂ ਕਰ ਸਕਦੇ ਆਪਾਂ ਤਾਂ ਇਹਦੇ ਉੱਪਰ ਉਹਦੀ ਵਾਈਫ ਕਹਿੰਦੀ ਹੈ ਕਿ ਆਪਾਂ ਹੀ ਕਰਦੇ ਆਂਗੇ ਕਿ ਭੋਲੀ ਨੂੰ ਭੇਜ ਦੋ ਕਿਉਂਕਿ ਭੋਲੀ ਦਾ ਵੈਸੇ ਵੀ ਵਿਆਹ ਹੋਣਾ ਨਹੀਂਗਾ ਤੇ ਆਪਾਂ ਇਹਨੂੰ ਭੇਜ ਦਿੰਨੇ ਆਂਗੇ ਤੇਰੀ ਵੀ ਰਹਿ ਜੂਗੀ ਤੇ ਆਪਣੀ ਵੀ ਰਹਿ ਜੂਗੀ ਤਾਂ ਹੁਣ ਜਦੋਂ ਭੋਲੀ ਨੂੰ ਉਹਦੇ ਫਾਦਰ ਨੇ ਦੱਸਿਆ ਕਿ ਤੈਨੂੰ ਸਕੂਲ ਚ ਭੇਜਾਂਗੇ ਹੁਣ ਭੋਲੀ ਡਰ ਗਈ ਕਿਉਂਕਿ ਭੋਲੀ ਨੇ ਕਦੇ ਸਕੂਲ ਦੇ ਬਾਰੇ ਸੁਣਿਆ ਹੀ ਨਹੀਂਗਾ ਵੀ ਸਕੂਲ ਕੀ ਹੁੰਦਾ ਕਿਸ ਤਰ੍ਹਾਂ ਦਾ ਹੁੰਦਾ ਹੈਗਾ ਤੇ ਨਾ ਹੀ ਉਹਨੂੰ ਇਹ ਪਤਾ ਸੀਗਾ ਕਿ ਇਹ ਕੀ ਹੁੰਦਾ ਹੈਗਾ ਤਾਂ ਹੀ ਉਹ ਵਿਚਾਰੀ ਹਟਰ ਗਈ ਵੀ ਹਾਈ ਸਕੂਲ ਦੇ ਵਿੱਚ ਕੀ ਹੋਊਗਾ ਪਤਾ ਨਹੀਂ ਕੀ ਹੋਊਗਾ ਪਰ ਇੱਕ ਦਿਨ ਕੀ ਹੋਇਆ ਜਦੋਂ ਸਕੂਲ ਦੇ ਵਿੱਚ ਭੇਜਣਾ ਸੀਗਾ ਪਹਿਲਾ ਦਿਨ ਸੀ ਸਕੂਲ ਦਾ ਤਾਂ ਉਸ ਨੂੰ ਬਧੀਆ ਕੱਪੜੇ ਪਹਿਨ ਆਏਗੇ ਵੈਸੇ ਆਮ ਤੌਰ ਦੇ ਉੱਪਰ ਜਿਹੜੇ ਉਹਨੂੰ ਨਵੇਂ ਕੱਪੜੇ ਤਾਂ ਉਹਨੂੰ ਪਹਿਨਾਈ ਨਹੀਂ ਜਾਂਦੇ ਸੀ ਨਵੇਂ ਕੱਪੜੇ ਤੇ ਲਈ ਬਣਾਏ ਨਹੀਂ ਸੀ ਜਿਹੜੇ ਵੱਡੀਆਂ ਭੈਣਾਂ ਦੇ ਕੱਪੜੇ ਹੁੰਦੇ ਸੀ ਉਹੀ ਉਹਨੂੰ ਦੇ ਦਿੱਤੇ ਜਾਂਦੇ ਸੀ ਤੇ ਅੱਜ ਕੀ ਕੀਤਾ ਉਹਦੇ ਕੱਪੜੇ ਜਿਹੜੇ ਸਾਫ਼ ਸੁਥਰੇ ਸੀਗੇ ਉਹਨੂੰ ਧੋ ਕੇ ਉਹਦੇ ਪਵਾਏ ਗਏ ਉਹਦੇ ਤੇਲ ਲਾਇਆ ਗਿਆ ਉਹਨੂੰ ਸਾਫ਼ ਸੁਥਰਾ ਕਰਕੇ ਭੇਜਿਆ ਗਿਆ ਉਸ ਨੂੰ ਇਹ ਅਹਿਸਾਸ ਹੋਇਆ ਭੁੱਲੀ ਨੂੰ ਕਿ ਜਿੱਥੇ ਵੀ ਜਾ ਰਹੇ ਹਾਂਗੇ ਜਿਹੜਾ ਵੀ ਸਕੂਲ ਹੈਗਾ ਮੈਨੂੰ ਨਹੀਂ ਪਤਾ ਚਲੋ ਸਕੂਲ ਕੀ ਹੈ ਪਰ ਉਹ ਵਾਕਈ ਘਰ ਨਾਲ ਚੰਗਾ ਹੈ ਕਿਉਂਕਿ ਅੱਜ ਪਹਿਲੀ ਵਾਰ ਉਸ ਨੂੰ ਚੰਗੀ ਤਰ੍ਹਾਂ ਨਹਾਇਆ ਗਿਆ ਸੀ ਕੱਪੜੇ ਪਾਏ ਗਏ ਸਾਫ਼ ਸੁਥਰਾ ਉਹਨੂੰ ਬਣਾਇਆ ਗਿਆ ਸੀ ਜਦੋਂ ਉਹ ਸਕੂਲ ਦੇ ਵਿੱਚ ਪਹੁੰਚਦੀ ਹੈ ਤਾਂ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਕਿਉਂਕਿ ਉਹ ਦੇਖਦੀ ਹੈਗੀ ਕਿ ਸਕੂਲ ਦੇ ਵਿੱਚ ਉਹਦੀ ਉਮਰ ਦੀਆਂ ਕਿੰਨੀਆਂ ਹੀ ਕੁੜੀਆਂ ਬੈਠੀਆਂ ਹੁੰਦੀਆਂ ਨੇ ਹੈਗਾ ਹੈਡਮਿਸਟ੍ਰੇਸ਼ਨ ਨੂੰ ਬੱਚੀ ਸੌਮ ਦਿੱਤੀ ਜਾਂਦੀ ਹੈਗੀ ਕਿ ਲੋ ਜੀ ਪੜਾਓ ਤੁਸੀਂ ਇਹਨਾਂ ਨੂੰ ਤੇ ਜਿਹੜੀ ਉਹਦੇ ਸਕੂਲ ਦੇ ਵਿੱਚ ਤੁਹਾਨੂੰ ਦੱਸਿਆ ਹੈਗਾ ਕਿ ਉਹਦੇ ਉਮਰ ਦੀਆਂ ਬਹੁਤ ਸਾਰੀਆਂ ਬੱਚੇ ਹੁੰਦੇ ਤਾਂ ਕਰਕੇ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਉਹ ਲੱਗਦਾ ਕਿ ਘੱਟੋ ਘੱਟ ਇੱਥੇ ਚਲੋ ਮੇਰੇ ਕੁਝ ਨਾ ਕੁ ਸਹੇਲੀਆਂ ਬਣੇ ਗਈਆਂ ਪਰ ਉਹਦੇ ਮਨ ਦੇ ਵਿੱਚ ਇੱਕ ਇਨਫੀਰੀਅਰ ਕੰਪਲੈਕਸ ਵੀ ਹੈਗਾ ਕਿ ਉਹੀ ਕਿ ਜੇ ਮੈਂ ਬੋਲੀ ਸਾਰਿਆਂ ਨੂੰ ਪਤਾ ਲੱਗ ਜਾਵੇ ਮੇਰੇ ਉੱਪਰ ਹੱਸਣਗੇ ਤਾਂ ਕਰਕੇ ਨਾ ਉਹ ਹੁਣ ਬੋਲਣ ਤੋਂ ਥੋੜਾ ਜਿਹਾ ਝਿਜਕ ਰਹੀ ਹੈ ਜਦੋਂ ਸਕੂਲ ਦੇ ਵਿੱਚ ਪਹੁੰਚੀ ਤਾਂ ਭੂਲੀ ਨੇ ਸਕੂਲ ਦੀਆਂ ਕੰਧਾਂ ਦੇ ਉੱਪਰ ਬਣੀਆਂ ਹੋਈਆਂ ਕੁਝ ਤਸਵੀਰਾਂ ਦੇਖੀਆਂ ਬੜੀ ਉਹ ਆਕਰਸ਼ਿਤ ਹੋਈ ਫੈਸੀਨੇਟਡ ਹੋਈ ਉਹਨਾਂ ਸਾਰੇ ਰੰਗਮ ਦੇਖ ਕੇ ਜਿਵੇਂ ਉਹਨੂੰ ਉੱਥੇ ਘੋੜਾ ਬਣਿਆ ਹੋਇਆ ਸੀ ਐਂ ਲੱਗ ਰਿਹਾ ਸੀ ਵੀ ਘੋੜਾ ਇਹ ਤਾਂ ਉਹੀ ਘੋੜਾ ਹੈਗਾ ਜਿਹਦੇ ਉੱਪਰ ਤਹਿਸੀਲਦਾਰ ਬੈਠ ਕੇ ਆਇਆ ਸੀ ਇਹ ਤਾਂ ਉਹੀ ਗੋਟ ਹੈ ਉਹੀ ਬੱਕਰੀ ਹੈਗੀ ਜਿਹੜੀ ਕਿ ਉਹਨਾਂ ਨੇ ਗਵਾਂਡੀਆਂ ਦੇ ਵਿੱਚ ਆ ਇਹ ਤਾਂ ਉਹੀ ਤੋਤਾ ਹੈਗਾ ਉਹਦੇ ਵਰਗਾ ਤੋਤਾ ਹੀ ਲੱਗਦਾ ਜਿਹੜਾ ਕਿ ਮੈਂ ਅੰਬ ਦਾ ਜਿਹੜਾ ਬਾਗ ਬਣਿਆ ਹੋਇਆ ਹੈਗਾ ਉਹਦੇ ਉੱਪਰ ਬੈਠਾ ਸੀ ਤੇ ਇਹ ਕਾਉ ਤਾਂ ਉਹੀ ਕਾਉ ਹੈ ਜਿਹੜੀ ਮੇਰੀ ਆਪਦੀ ਕ ਮੇਰੀ ਲਕਸ਼ਮੀ ਕਾਓ ਵਰਗੀ ਲੱਗਦੀ ਹੈਗੀ ਅਤੇ ਇੱਕੋ ਦਮ ਨਾ ਜਦੋਂ ਦੇਖ ਰਹੀ ਸੀਗੀ ਤਾਂ ਉਹਨੇ ਵੇਖਿਆ ਕਿ ਭੋਲੀ ਨੇ ਦੇਖਿਆ ਕਿ ਮੇਰੇ ਨੇੜੇ ਇੱਕ ਔਰਤ ਖੜ੍ਹੇ ਆ ਉਹ ਟੀਚਰ ਸੀਗੇ ਉਹ ਨਾ ਸਮਾਈਲ ਕਰ ਰਹੇ ਚਿਹਰੇ ਦੇ ਉੱਪਰ ਸਮਾਈਲ ਸੀ ਬੜੇ ਹੀ ਪਿਆਰ ਨਾਲ ਟੀਚਰ ਨੇ ਪੁੱਛਿਆ ਬੇਟਾ ਤੇਰਾ ਨਾਮ ਕੀ ਹੈਗਾ ਤਾਂ ਉਹ ਜਦੋਂ ਬੋਲਣ ਲੱਗੀ ਬ ਬ ਬ ਕਿਉਂਕਿ ਉਹ ਹੱਕ ਪਾਉਂਦੀ ਸੀਗੀ ਉਦੋਂ ਬੋਲਿਆ ਨਹੀਂ ਗਿਆ ਜਦੋਂ ਹੀ ਉਸਨੇ ਇਹ ਹੱਕ ਪਾਈ ਤਾਂ ਸਾਰੇ ਬੱਚੇ ਹੱਸਣ ਲੱਗ ਗਏ ਤਾਂ ਉਹਦੀ ਅੱਖਾਂ ਦੇ ਵਿੱਚ ਹੰਝੂ ਆ ਗਏ ਉਹੀ ਉਹਦੇ ਸੀਨ ਯਾਦ ਆ ਗਿਆ ਅਤੇ ਉਹ ਲਾਚਾਰ ਹੁਣ ਲੱਗ ਰਹੀ ਸੀਗੀ। ਉਨੇ ਆਦਾ ਸਿਰ ਹੇਠਾਂ ਕਰ ਲਿਆ ਬੋਲੀ ਨਹੀਂ ਗਈ ਉਹ ਕਿਸੇ ਇੱਕ ਕਲਾਸ ਦੇ ਕੋਨੇ ਦੇ ਵਿੱਚ ਜਾ ਕੇ ਬੈਠ ਗਈ ਤੇ ਉਹਦਾ ਹਿੰਮਤ ਨਹੀਂ ਪਈਗੀ ਕਿ ਮੈਂ ਆਪਣਾ ਸਿਰ ਉੱਪਰ ਚੱਕਾਂ ਤੇ ਮੈਂ ਦੁਬਾਰਾ ਬੋਲਣ ਦੀ ਕੋਸ਼ਿਸ਼ ਕਰਾਂ ਕਿਉਂਕਿ ਉਹ ਦੇਖ ਲਈ ਸੀ ਸਾਰੇ ਬੱਚੇ ਮੇਰੇ ਵੱਲ ਹੱਸ ਰਹੇ ਸੀਗੇ ਤੇ ਬਹੁਤ ਜ਼ਿਆਦਾ ਉਹ ਨਿਰਾਸ਼ ਹੋ ਗਈ ਡਿਸਕਰੇਜ ਹੋ ਗਈ ਨਿਰਾਸ਼ ਹੋ ਗਈ ਰੋਣਾ ਉਹਨੇ ਸਟਾਰਟ ਕਰ ਦਿੱਤਾ ਉਹਨੂੰ ਲੱਗਿਆ ਕਿ ਹਾਂ ਮੇਰਾ ਹੁਣ ਫੇਰ ਕੋਈ ਇੱਥੇ ਦੋਸਤ ਨਹੀਂ ਬਣੇਗਾ ਮੇਰੀ ਕੋਈ ਸਹੇਲੀ ਨਹੀਂ ਬਣੇਗੀ ਪਰ ਉਹਦੀ ਟੀਚਰ ਬਹੁਤ ਜ਼ਿਆਦਾ ਦਿਆਲੂ ਸੀ ਟੀਚਰ ਨੇ ਫੇਰ ਉਤਸ਼ਾਹ ਦਿੱਤਾ ਹੌਸਲਾ ਦਿੱਤਾ ਐਨਕੋਰੇਜ ਕੀਤਾ ਬੱਚੇ ਨੂੰ ਕਿ ਤੂੰ ਬੋਲ ਆਪਣਾ ਨਾਮ ਹੁੰਦਾ ਸੋ ਉਹਨਾਂ ਸਮ ਦੱਸਿਆ ਕਿ ਟੀਚਰ ਬਹੁਤ ਹੀ ਜ਼ਿਆਦਾ ਕੰਪੈਸ਼ਨੇਟ ਔਮਨ ਆ ਬਹੁਤ ਹੀ ਜ਼ਿਆਦਾ ਨਿਮਰਤਾ ਵਾਲੀ ਬਹੁਤ ਹੀ ਹਮਦਰਦੀ ਵਾਲੀ ਔਰਤ ਆ ਗਈ ਤੇ ਜਦੋਂ ਦੁਬਾਰਾ ਬੋਲਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਤਾਂ ਫੇਰ ਫੇਰ ਲੜਖੜਾਈ ਸਟੰਬਲ ਕੀਤਾ ਭੋਲੀ ਤੋਂ ਬੋਲਿਆ ਨਹੀਂ ਗਿਆ ਬਟ ਨਾਲ ਦੀ ਨਾਲ ਫਿਰ ਹੌਲੀ ਹੌਲੀ ਨੇ ਕੋਸ਼ਿਸ਼ ਕੀਤੀ ਤਾਂ ਜ਼ਿੰਦਗੀ 'ਚ ਪਹਿਲੀ ਵਾਰ ਉਸਨੇ ਆਪਣਾ ਨਾਮ ਪੂਰਾ ਬੋਲਿਆ ਕਿ ਮੇਰਾ ਨਾਮ ਭੋਲੀ ਹੈਗਾ ਤਾਂ ਉਹਨੂੰ ਪੈਟ ਕੀਤਾ ਉਹਨੂੰ ਸ਼ਾਬਾਸ਼ੀ ਦਿੱਤੀ ਟੀਚਰ ਨੇ ਵੀ ਵਧੀਆ ਕੀਤਾ ਤਾਂ ਨਾ ਟੀਚਰ ਨੇ ਉਹਨੂੰ ਇੱਕ ਬੁੱਕ ਦਿੱਤੀ ਜਿਦੇ ਚ ਕੀ ਬਹੁਤ ਸਾਰੇ ਤਸਵੀਰਾਂ ਲਗੀਆਂ ਹੋਈਆਂ ਸੀ ਤੇ ਦੱਸਿਆ ਕਿ ਤਸਵੀਰਾਂ ਦੇ ਨਾਲ ਅੱਖਰ ਲਿਖੇ ਹੋਏ ਨੇਗੇ ਅਲਫਾਬੈਟ ਲਿਖੇ ਹੋਏ ਨੇਗੇ ਤੂੰ 1 ਮਹੀਨੇ ਚ ਇਹਨੂੰ ਪੜਨ ਲੱਗ ਜਾਵੇਂਗੀ ਨੂੰ ਤੇ ਟੀਚਰ ਨੇ ਸਲਾਹ ਦਿੱਤੀ ਕਿ ਤੂੰ ਡੇਲੀ ਹੁਣ ਸਮੇਂ ਦੇ ਉੱਪਰ ਆਉਣਾ ਟਾਈਮ ਦੇ ਉੱਪਰ ਆਉਣਾ ਤੇ ਜਿਹੜੀ ਹਾਬ ਤੇਰੀ ਹੱਕ ਪਾਉਣ ਦੀ ਆਦਤ ਹੈ ਨਾ ਤੇਰੀ ਉਹ ਵੀ ਖਤਮ ਹੋ ਜਾਊਗੀ ਇਹ ਸੁਣ ਕੇ ਨਾ ਭੋਲੀ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈਗੀ ਉਹਨੂੰ ਹੁਣ ਇੱਕ ਵਧੀਆ ਉਮੀਦ ਮਿਲ ਜਾਂਦੀ ਹੈਗੀ ਇੱਕ ਆਸ਼ਾ ਦੀ ਕਿਰਨ ਦਿਖਨ ਜਾਂਦੀ ਹੈਗੀ ਉਹਨਾਂ ਸੋਲੀ ਪਰਦੀ ਰਹੀ ਉਹਦਾ ਦਿਲ ਲਾ ਕੇ ਪੂਰਾ ਪੜਦੀ ਰਹੀ ਕਿ ਉਹਨੇ ਪੜ੍ਹਾਈ ਤੋਂ ਕਦੇ ਕੰਨ ਨਹੀਂ ਕਤਰਾਈਗੀ ਕਦੇ ਉਸਨੇ ਜੀ ਨਹੀਂ ਚਰਾਇਆ ਹੈਗਾ ਕਈ ਸਾਲਾਂ ਬਾਅਦ ਪਿੰਡ ਦੇ ਵਿੱਚ ਕਾਫੀ ਸਾਰੇ ਬਦਲਾਅ ਆਏ ਹੁਣ ਪਿੰਡ ਉਹ ਇੱਕ ਕਸਵਾ ਬਣ ਗਿਆ ਉਹ ਤੇ ਉਹਦਾ ਜਿਹੜਾ ਸਕੂਲ ਸੀਗਾ ਹੁਣ ਪ੍ਰਾਇਮਰੀ ਸਕੂਲਸ ਉਹ ਵੀ ਵੱਡਾ ਸਕੂਲ ਬਣ ਚੁੱਕਿਆ ਸੀਗਾ ਹੁਣ ਭੋਲੀ ਵੀ ਵੱਡੀ ਹੋ ਚੁੱਕੀ ਸੀਗੀ ਇੱਕ ਦਿਨ ਭੋਲੀ ਦੇ ਫਾਦਰ ਨੂੰ ਭੋਲੀ ਵਾਸ ਰਿਸ਼ਤਾ ਆਇਆ ਰਿਸ਼ਤਾ ਜਿਹੜਾ ਆਇਆ ਸੀ ਉਹ ਆਇਆ ਸੀ ਬਸੰਬਰ ਨਾਲ ਦਾ ਉਹ ਉਹ ਨਾ ਇੱਕ ਗ੍ਰੋਸਰ ਹੈ ਮਤਲਬ ਉਹ ਜਿਹੜਾ ਕਰਿਆਨਾ ਸਟੋਰ ਹੁੰਦਾ ਹੈਗਾ ਵੱਡੇ ਸਾਰੇ ਕਰਿਆਨਾ ਸਟੋਰ ਦਾ ਮਾਲਕ ਹੁੰਦਾ ਕਈ ਦੁਕਾਨਾਂ ਦਾ ਉਹ ਮਾਲਕ ਹੁੰਦਾ ਬਹੁਤ ਜ਼ਿਆਦਾ ਪੈਸਾ ਉਹਦੇ ਕੋਲੇ ਹੁੰਦਾ ਹੈਗਾ ਪਰ ਉਹ ਇੱਕ ਬਜ਼ੁਰਗ ਇਨਸਾਨ ਦਿਖਾਇਆ ਹੋਇਆ ਜਿਸ ਤਰ੍ਹਾਂ ਭੋਲੀ ਦੇ ਉਮ ਭੋਲੀ ਦੇ ਫਾਦਰ ਦੀ ਜਿੰਨੀ ਉਮਰ ਹੈ ਉਨੀ ਹੀ ਉਮਰ ਉਸ ਬਿਸੰਬਰਨਾਥ ਦੀ ਸੀਗੀ ਉਹਦੀ ਪਹਿਲੀ ਵਾਈਫ ਮਰ ਚੁੱਕੀ ਸੀਗੀ ਉਹਦਾ ਇੱਕ ਬੱਚਾ ਉਹਦੇ ਵੱਡੇ ਹੋਏ ਬੱਚੇ ਵੀ ਹੈਗੇ ਸੀ ਬਿਸੰਬਰਨਾਥ ਨੇ ਹੱਥ ਵੇਚਿਆ ਆਪਣਾ ਕਿ ਮੈਂ ਵਿਆਹ ਕਰਵਾਉਣਾ ਚਾਹੁੰਨਾਗਾ ਜਬ ਸੰਬਰਨਾ ਦੇ ਘਰਦਿਆਂ ਨੇ ਹੱਥ ਭੇਜਿਆ ਕਿ ਜੀ ਇਹ ਭੋਲੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈਗਾ ਤੇ ਜਦੋਂ ਭੋਲੀ ਦੇ ਫਾਦਰ ਭੋਲੀ ਦੀ ਮਦਦਿਆਂ ਗੱਲ ਕਰਦਾ ਹੈਗਾ ਤਾਂ ਭੋਲੀ ਦੇ ਫਾਦਰ ਕਹਿੰਦਾ ਉਮਰ ਬਹੁਤ ਵੱਡੀ ਹੈ ਪਰ ਜਿਹੜੀ ਮਾਂ ਹੈ ਮਾਂ ਤੋਂ ਦਿਖਾਈ ਹੋਈ ਹੈਗੀ ਸ਼ਾਇਦ ਪੁਰਾਣੇ ਵਿਚਾਰਾਂ ਦੀ ਹੈਗੀ ਉਹ ਕਹਿੰਦੀ ਵੀ ਕੌਣ ਇਹਦੇ ਨਾਲ ਵਿਆਹ ਕਰਾਊਗਾ ਵਧੀਆ ਹੈਗਾ ਅਮੀਰਕਰ ਦੀ ਕੁੜੀ ਹੈ ਅਮੀਰਕਰ ਦਾ ਮੁੰਡਾ ਹੈਗਾ ਉਹ ਵਧੀਆ ਰਾਜ ਕਰੂਗੀ ਆਪਣੀ ਕੁੜੀ ਜਾ ਕੇ ਇੰਨੀ ਇਹਦੇ ਨਾਲ ਕਿ ਕੌਣ ਵਿਆਹ ਕਰਵਾਊਗਾ ਚਲੋ ਤੇ ਆਪਣੀ ਵਾਈਫ ਦੇ ਨਾਲ ਸਲਾਹ ਕਰਕੇ ਰਾਮ ਲਾਲ ਹਾਂ ਕਰ ਦਿੰਦਾ ਹੈਗਾ ਵੀ ਠੀਕ ਹੈ ਜੀ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈਗਾ ਉਹ ਤੇ ਜਿਹੜੀ ਭੋਲੀ ਦੀਆਂ ਵੱਡੀਆਂ ਭੈਣਾਂ ਹੁੰਦੀਆਂ ਨੇ ਉਹਨੂੰ ਥੋੜੀ ਜੈਲਸੀ ਹੁੰਦੀ ਹੈਗੀ ਵਜਾ ਕੀ ਹੈ ਕਿਉਂਕਿ ਜਦੋਂ ਬਰਾਤ ਆਉਂਦੀ ਹੈਗੀ ਬਹੁਤ ਮੈਂ ਕਿਹਾ ਸ਼ੋਰਤ ਨਾਲ ਆਉਂਦੀ ਹੈਗੀ ਬਹੁਤ ਵੱਡਾ ਇਕੱਠ ਕੀਤਾ ਹੁੰਦਾ ਹੈਗਾ ਤੇ ਬੈਂਡ ਵਾਜੇ ਵੱਜ ਰਹੇ ਹੁੰਦੇ ਨੇ ਬਹੁਤ ਪਹਿਲੀ ਵਾਰ ਅਜਿਹਾ ਵਿਆਹ ਜਿਹੜਾ ਹੈ ਅਜਿਹੀ ਬਰਾਤ ਆ ਪਿੰਡ ਦੇ ਵਿੱਚ ਆਈ ਹੁੰਦੀ ਹੈਗੀ ਉਸ ਕਸਬੇ ਦੇ ਵਿੱਚ ਆਈ ਹੁੰਦੀ ਹੈਗੀ ਜਿਹਦੇ ਕਰਕੇ ਭੋਲੀ ਦੀਆਂ ਭੈਣਾਂ ਨੂੰ ਥੋੜੀ ਜੈਲਸੀ ਹੁੰਦੀ ਹੈਗੀ ਕਿ ਸਾਡੇ ਵਿਆਹ ਦੇ ਉੱਪਰ ਇੰਨਾ ਕੁਝ ਕਿਉਂ ਨਹੀਂ ਹੋ ਸਕਿਆ ਖੈਰ ਜਦੋਂ ਵਿਸੰਬਰ ਮਾਲਾ ਪਾਉਣ ਲੱਗਦਾ ਹੈ ਵਿਆਹ ਵਾਸਤੇ ਤਾਂ ਇੱਕ ਔਰਤ ਮੂੰਹ ਦੇਖਦੀ ਹੈ ਕਿ ਭੋਲੀ ਦਾ ਤਾਂ ਵਿਸੰਬਰ ਵੀ ਜਿਹੜਾ ਹੈ ਉਹ ਮੂੰਹ ਦੇਖਦਾ ਹੈਗਾ ਤਾਂ ਹੁਣ ਜਦੋਂ ਚਿਹਰੇ ਦੇ ਉੱਪਰ ਨਿਸ਼ਾਨ ਪਏ ਹੁੰਦੇ ਨੇਗੇ ਉਹ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ ਨਾ ਕਹਿੰਦਾ ਮੈਂ ਵਿਆਹ ਸਿਰਫ ਇੱਕ ਸ਼ਰਤ ਦੇ ਉੱਪਰ ਕਰਾਉਂਗਾ ਜੇ ਮੈਨੂੰ 5000 ਜਿਹੜੀ ਹੈ ਡੋਰੀ ਹੈ ਮੈਨੂੰ 5000 ਦਹੇਜ ਦਿੱਤਾ ਜਾਵੇਗਾ ਦਾਜ ਦਿੱਤਾ ਜਾਵੇਗਾ ਤਾ ਜੇ ਹੁਣ 5000 ਦੀ ਗੱਲ ਆਉਂਦੀ ਹੈਗੀ ਤਾਂ ਰਾਮ ਲਾਲ ਕਹਿੰਦਾ ਵੀ ਮੇਰੀ ਇੱਜ਼ਤ ਦਾ ਸਵਾਲ ਆ ਵੀ ਤੁਸੀਂ ਨਾ ਅਝਿਹਾ ਕਰੋ ਆਪਣੀ ਪੱਗ ਲਾ ਕੇ ਉਹਦੇ ਪੈਰਾਂ ਦੇ ਉੱਪਰ ਧਰ ਦਿੰਦਾ ਬਸੰਬਰ ਨਾਲ ਦੇ ਵੀ ਤੁਸੀਂ ਅਝਿਹਾ ਨਾ ਕਰੋ ਸਾਡੀ ਬੇਇੱਜ਼ਤੀ ਹੋਊਗੀ ਸਾਡੀ ਤਾਂ ਉਹ ਕਹਿੰਦਾ ਨਹੀਂ ਜੇ 5000 ਦੋਵੋਗੇ ਮੈਂ ਤਾਂ ਹੀ ਮੈਂ ਵਿਆਹ ਕਰਵਾਉਂਗਾ ਤਾਂ ਰਾਮ ਲਾਲ ਕੀ ਕਰਦਾ ਹੈਗਾ ਆਪਣੀ ਤਜੋਰੀ ਦੇ ਵਿੱਚੋਂ ਕੁਛ ਨਾ ਕੋਈ ਪੈਸੇ ਗਿੰਦਾ ਹੈਗਾ ਤੇ ਜਿੰਨੇ ਵੀ ਹੋ ਸਕਦੇ ਹੈਗੇ ਪੈਸੇ ਉਹਨੂੰ ਦਾਜ ਦੇ ਦਿੰਦਾ ਉਸ ਤੋਂ ਬਾਅਦ ਪੈਸੇ ਲੈ ਕੇ ਵਿਸੰਬਰਨਾਥ ਹੁਣ ਤਿਆਰ ਹੈਗਾ ਵਿਆਹ ਕਰਾਉਣ ਦੇ ਲਈ ਜਦੋਂ ਵਿਸੰਬਰਨਾਥ ਹਾਰ ਪਾਉਣ ਲੱਗਦਾ ਹੈਗਾ ਹੁਣ ਵਾਰੀ ਹੁੰਦੀ ਹੈਗੀ ਭੋਲੀ ਦੀ ਭੋਲੀ ਨੇ ਕੀ ਕੀਤਾ ਆਪਣਾ ਹਾਰ ਪਾਉਣ ਨਹੀਂ ਦਿੰਦੀ ਹੈਗੀ ਉਹ ਤੇ ਉਹ ਹੱਥ ਫੜ ਲੈਂਦੀ ਹੈਗੀ ਵਿਸੰਬਰਨਾਥ ਦਾ ਤੇ ਉਹ ਕਹਿੰਦੀ ਮੈਂ ਤੇਨਾਂ ਵਿਆਹ ਨਹੀਂ ਕਰਾਉਣਾਗਾ ਸਾਰੇ ਜਨ ਉਹ ਤੇ ਹੈਰਾਨ ਰਹਿ ਜਾਂਦੇ ਨੇ ਕਿ ਪਹਿਲੀ ਵਾਰ ਵੀ ਬਿਨਾ ਹਕ ਲਾਏ ਇਹ ਭੋਲੀ ਬੋਲ ਕੇ ਮੇਰੀ ਹੈ ਤੇ ਉਹ ਕਹਿ ਰਹੀ ਵੀ ਕਿੰਨੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਇੱਕ ਕੁੜੀ ਮਨਾ ਕਰ ਰਹੀ ਹੈ ਵੀ ਮੈਂ ਵਿਆਹ ਨਹੀਂ ਕਰਨਾ ਵਿਆਹ ਨਹੀਂ ਕਰਨਾਗਾ ਪਰ ਉਹ ਕਹਿੰਦੇ ਮੈਂ ਵਿਆਹ ਨਹੀਂ ਕਰਨਾ ਮੈਂ ਇੱਕ ਲਾਲਚੀ ਇਨਸਾਨ ਦੇ ਨਾਲ ਵਿਆਹ ਬਿਲਕੁਲ ਵੀ ਨਹੀਂ ਕਰਨਾਗਾ ਇੱਕ ਲੰਗੜੇ ਦੇ ਨਾਲ ਕਿਉਂਕਿ ਉਹ ਲੰਗੜਾ ਵੀ ਹੁੰਦਾ ਹੈਗਾ ਉਹ ਉਹ ਕਹਿੰਦਾ ਮੈਂ ਇਹਦੇ ਨਾਲ ਵਿਆਹ ਬਿਲਕੁਲ ਵੀ ਨਹੀਂ ਕਰਨਾਗਾ ਤਾਂ ਕੀ ਹੁੰਦਾ ਸਾਰੀ ਜਿਹੜੀ ਪਾਰਟੀ ਹੁੰਦੀ ਹੈ ਜਿਹੜੀ ਬਰਾਤ ਹੁੰਦੀ ਹੈਗੀ ਉਹ ਜਦੋਂ ਚੱਲ ਜਾਂਦੀ ਹੈਗੀ ਤਾਂ ਫਿਰ ਉਸ ਤੋਂ ਬਾਅਦ ਪੋਲੀ ਆਪਣੇ ਫਾਦਰ ਦੇ ਕੋਲ ਜਾਂਦੀ ਹੈਗੀ ਤੇ ਵਾਦਾ ਕਰਦੀ ਹੈਗੀ ਕਿ ਫਾਦਰ ਮੈਂ ਵਿਆਹ ਨਹੀਂ ਕਰਨਾਗਾ ਮੈਂ ਮੈਂ ਤੋਡੀ ਸੇਵਾ ਕਰਨੀ ਜਦੋਂ ਤੁਸੀਂ ਨ ਬਜ਼ੁਰਗ ਹੋ ਜਾਓਗੇ ਘਰੇ ਕੋਈ ਨਹੀਂ ਰਹੇਗਾ ਤਾਂ ਮੈਂ ਤੁਹਾਡੀ ਦੇਖਭਾਲ ਕਰੂੰਗੀ ਮੈਂ ਮੈਂ ਸਕੂਲ ਦੇ ਵਿੱਚ ਬਹੁਤ ਕੁਝ ਪੜਿਆ ਹੈਗਾ ਤੇ ਮੈਂ ਇੱਥੇ ਰਹਿ ਕੇ ਹੀ ਇਸ ਸਕੂਲ ਦੇ ਵਿੱਚ ਹੀ ਮੈਂ ਪੜੂੰਗੀ ਇਹ ਸਾਰਾ ਕੁਝ ਨਾ ਭੋਲੀ ਦੇ ਟੀਚਰ ਜਿਨੇ ਕਿ ਭੋਲੀ ਨੂੰ ਇਸ ਕਾਬਿਲ ਬਣਾਇਆ ਸੀ ਕਿ ਅੱਜ ਬੋਲ ਸਕੇ ਉਹ ਹਿੰਮਤ ਉਹਦੇ ਵਿੱਚ ਆ ਸਕੇ ਉਹ ਬਹੁਤ ਖੁਸ਼ ਮਹਿਸੂਸ ਕਰੀ ਸੀ ਕਿ ਮੇਰਾ ਪੜਾ ਹੈ ਬੱਚਾ ਸਫਲ ਹੋ ਗਿਆ ਜ਼ਿੰਦਗੀ ਦੇ ਵਿੱਚ ਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਹੋਈ ਸੈਟੀਸਫੈਕਸ਼ਨ ਹੋਈ ਤਾਜ ਭੋਲੀ ਦੀ ਹਿੰਮਤ ਤੇ ਭੋਲੀ ਦੇ ਕੌਨਫੀਡੈਂਸ ਕਰਕੇ ਉਹ ਬਚ ਗਈ ਉਹ ਇੱਕ ਲਾਲਚੀ ਇਨਸਾਨ ਦੇ ਘਰੇ ਵਿਆਹੀ ਨਹੀਂ ਗਈ ਤੇ ਉਹਨੇ ਆਪਣਾ ਇੱਕ ਅਲੱਗ ਤੋਂ ਅਸਥਿਤਵ ਆਪਣੀ ਪਛਾਣ ਬਣਾ ਲਈ ਜੀ ਉਸਨੇ ਤੇ ਟੀਚਰ ਵੀ ਕਹਿੰਦੇ ਹਾਂਜੀ ਬਿਲਕੁਲ ਠੀਕ ਹੈਗਾ ਤੂੰ ਮੇਰੇ ਸਕੂਲ ਦੇ ਵਿੱਚ ਜਿਹੜਾ ਇਹ ਸਕੂਲ ਹੈਗਾ ਇੱਥੇ ਪੜਾ ਸਕਦੀ ਆ ਸਾਹ ਦੋਸਤੋ ਇਹ ਸੀਗੀ ਸਾਡੀ ਸਟੋਰੀ ਇਹਦੇ ਵਿੱਚ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈਗਾ ਕਿ ਸਿਚੁਏਸ਼ਨ ਚਾਹੇ ਹਾਲਾਤ ਕਿਦਾਂ ਦੇ ਵੀ ਹੋਵੇ ਪਰ ਜੇ ਆਪਾਂ ਡਟ ਕੇ ਉਹਦਾ ਸਾਹਮਣਾ ਕਰਾਂਗੇ ਤਾਂ ਉਹਦਾ ਹੱਲ ਨਿਕਲ ਹੀ ਜਾਂਦਾ ਜਿਸ ਤਰ੍ਹਾਂ ਕਿ ਭੋਲੀ ਨੂੰ ਇੱਕ ਆਸ਼ਾ ਦੀ ਕਿਰਨ ਮਿਲੀ ਸੀ ਉਹਦੇ ਟੀਚਰ ਟੀਚਰ ਨੇ ਟੀਚਰ ਦਾ ਕੰਮ ਹੀ ਇਹ ਹੁੰਦਾ ਹੈਗਾ ਕਿ ਉਹ ਬੱਚੇ ਨੂੰ ਹੌਸਲਾ ਦੇਣਾ ਬੱਚੇ ਨੂੰ ਉਤਸ਼ਾਹ ਕਰਨਾ ਤੇ ਬੱਚੇ ਨੂੰ ਸਫਲ ਬਣਾਉਣ ਦੇ ਲਈ ਹਰ ਕੋਸ਼ਿਸ਼ ਕਰਨੀ ਤਾਂ ਟੀਚਰ ਇੱਥੇ ਬਿਲਕੁਲ ਸਫਲ ਹੋਇਆ ਹੈਗਾ ਦੂਸਰੇ ਪਾਸੇ ਭੋਲੀ ਜਿਨੇ ਕਿ ਹਿੰਮਤ ਨਹੀਂ ਹਾਰੀ ਤੇ ਉਹਨੇ ਪੜ੍ਹਾਈ ਦੇ ਗੁਣ ਦੇ ਨਾਲ ਆਪਣੀ ਸਮੱਸਿਆਵਾਂ ਦਾ ਹੱਲ ਕਰ ਲਿਆ ਇੱਕ ਕੌਨਫੀਡੈਂਟ ਇਨਸਾਨ ਬਣ ਗਈ ਤੇ ਅੱਜ ਉਹ ਫੈਸਲੇ ਆਪਣੇ ਆਪ ਲੈਣ ਜੋਗੀ ਬਣ ਚੁੱਕੀ ਆ ਤਾਂ ਦੋਸਤੋ ਇਸ ਸਟੋਰੀ ਤੋਂ ਬਾਅਦ ਹੁਣ ਵਾਰੀ ਹੈ ਕੁਝ ਐਮਸੀਕਿਊਜ਼ ਦੀ ਕੁਝ ਟਰੂ ਫਾਲਸ ਦੀ ਤੇ ਕੁਝ ਸ਼ਾਰਟ ਕੁਐਸ਼ਨ ਦੀ ਤੇ ਇਹਨਾਂ ਸਾਰਿਆਂ ਨੂੰ ਤੁਸੀਂ ਸਕਰੀਨਸ਼ਾਟ ਲੈ ਲੈਣਾ ਕਿਉਂਕਿ ਪੇਪਰ ਦੇ ਵਿੱਚ ਇਹੀ ਸਕਰੀਨਸ਼ਾਟਸ ਵਾਲੇ ਜਿਹੜੇ ਕੁਐਸ਼ਨਸ ਨੇਗੇ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦੇ ਨੇਗੇ ਤੇ ਇਹਦੇ ਵਿੱਚ ਕੁਝ ਬਹੁਤ ਹੀ ਜ਼ਿਆਦਾ ਖਾਸ ਐਮਸੀਕਿਊਜ਼ ਵੀ ਨੇਗੇ ਇਹਨਾਂ ਨੂੰ ਯਾਦ ਰੱਖਣਾ ਮਨ ਲਓ ਸਾਨੂੰ ਪੇਪਰ ਦੇ ਵਿੱਚ ਇਹ ਨਹੀਂ ਆਏ ਪਰ ਜੇ ਲੋੰਗ ਕੁਐਸਚਨ ਆਊਗਾ ਜਾਂ ਸ਼ਾਰਟ ਕੁਐਸਚਨ ਆਊਗਾ ਤੁਸੀਂ ਇਹਨਾਂ ਦੀ ਹੈਲਪ ਦੇ ਨਾਲ ਇਹ ਡਿਟੇਲ ਲਿਖ ਵੀ ਸਕਦੇ ਹੋਗੇ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਕੁਐਸਚਨ ਵੀ ਹੁੰਦਾ ਹੈਗਾ ਤੁਸੀਂ ਮੇਰੀ ਮੋਬਾਈਲ ਐਪ ਜਿਹੜੀ ਡਾਊਨਲੋਡ ਕੀਤੀ ਹੋਈ ਹੈਗੀ ਤਾਂ ਵਿਦਿਆ ਕਲਾਸ ਉਹਦੇ ਉੱਪਰ ਚੈਟ ਕਰੋ ਤੇ ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਅਜੇ ਤੱਕ ਡਾਊਨਲੋਡ ਨਹੀਂ ਕੀਤਾ ਤਾਂ ਇਸੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੇਠਾਂ ਲਿੰਕ ਦਿੱਤਾ ਹੋਇਆ ਉਹਨੂੰ ਕਲਿੱਕ ਕਰੋ ਤੇ ਡਾਊਨਲੋਡ ਕਰੋ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਮੇਰੇ ਨਾਲ ਚੈਟਿੰਗ ਕਰ ਸਕਦੇ ਹੋਗੇ ਤੁਸੀਂ ਇੰਸਟਾਗ੍ਰਾਮ ਫੇਸਬੁ ਅਪਡੇਟਸ ਆਉਂਦੀਆਂ ਨਹੀਂ ਗਈਆਂ ਤੁਸੀਂ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਸਕੇ ਤਾਂ ਦੋਸਤੋ ਮਿਲਦੇ ਆ ਜੀ ਆਪਾਂ ਨੈਕਸਟ ਕਲਾਸ ਦੇ ਰਿਹਾ ਤੱਕ ਖੁਸ਼ ਰਹੋ ਪੜ੍ਹਦੇ ਰਹੋ ਤੇ ਪੜਾਈ ਨੂੰ ਕਦੇ ਨਾ ਬਰੋ ਕਿਉਂਕਿ ਪੜਾਈ ਹੀ ਹੈਗੀ ਜਿਹੜੀ ਕਿ ਸਾਨੂੰ ਹਮੇਸ਼ਾ ਸਾਡੇ ਕੰਮ ਆਵੇਗੀ ਥੈਂਕ ਯੂ ਸੋ ਮਚ